ਨਹੀਂ ਹਰਪ੍ਰੀਤ ਸਿੰਘ ਉਹਨਾਂ ਨੇ ਐਪ੍ਰੀਹੈਂਸ਼ਨ ਕੀਤੀ ਕਿ ਹੀ ਹੈਜ਼ ਸਿਕਿਉਰਿਟੀ ਥ੍ਰੈਟਸ, ਉਹਨਾਂ ਦੀ ਡਾਟਰ ਨੂੰ ਵੀ ਅਬਡਕਸ਼ਨ ਦੀ ਥ੍ਰੈਟ ਆ ਰਹੀ ਹੈ, ਸੋ ਸਿਕਿਉਰਿਟੀ ਬੀਂਗ ਪ੍ਰੋਵਾਈਡਡ ਟੂ ਹਿਮ। ਸੋ ਇਨਫੈਕਟ ਵੀ ਹੋਲਡ ਅਕਾਲ ਤਖ਼ਤ ਸਾਹਿਬ ਜੀ ਇਨ ਵੈਰੀ ਹਾਈ ਐਸਟੀਮ। ਮੈਂ ਪਿੱਛੇ ਇੱਕ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਸੀ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਜੇ ਉਹਨਾਂ ਦਾ ਸਾਡੇ ਕੋਲ ਕੰਪਲੇਂਟ ਆਊਗੀ, ਕੋਈ ਰਿਕਾਰਡਿੰਗ ਆਊਗੀ, ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਸੋ ਅਸੀਂ ਉਹਨਾਂ ਦੀ ਸਿਕਿਉਰਟੀ ਦਾ ਵੀ ਧਿਆਨ ਰੱਖ ਰਹੇ ਹਾਂ, ਅਸੀਂ ਸਿਕਿਉਰਟੀ ਰਿਵਿਊ ਕੰਡਕਟ ਕੀਤਾ ਹੈ। ਸੋ ਹੀ ਹੈਜ਼ ਬੀਨ ਪ੍ਰੋਵਾਈਡਡ ਵਿਦ ਸਫੀਸ਼ੀਐਂਟ ਸਿਕਿਉਰਟੀ। ਸਰ ਇੱਕ ਇੰਸੀਡੈਂਟ ਹੋਏਗਾ, ਤੁਹਾਨੂੰ ਯਾਦ ਹੈ ਆਦਮਪੁਰ ਦਾ, ਕਿ ਦੋ ਤੁਹਾਡੇ ASI ਨੇ ਸੁਸਾਈਡ ਕਰ ਲਿਆ ਸੀ, ਉਹਨਾਂ ਕੋਲੋਂ ਇੱਕ ਨਾਬਾਲਿਗ ਭੱਜ ਗਿਆ ਸੀ ਕਸਟਡੀ ਤੋਂ। ਇਟਸ ਅ ਵੈਰੀ ਸੀਰੀਅਸ ਇਸ਼ੂ, ਆਈ ਹੈਵ ਸੀਨ ਫਸਟ ਟਾਈਮ ਇਨ ਮਾਈ ਲਾਈਫ ਕਿ ਕਸਟਡੀ ਤੋਂ ਭੱਜ ਗਿਆ ਤਾਂ ਤੁਹਾਡੇ ਆਫੀਸਰ ਸੁਸਾਈਡ ਕਰ ਗਏ। ਇਟ ਇਜ਼ ਅ ਮੈਟਰ ਆਫ ਡਿਪਰੈਸ਼ਨ ਐਂਡ ਟੈਂਸ਼ਨ ਜੀ। ਨਹੀਂ, ਮੈਂ ਤਾਂ ਮੇਰੀ ਸੀਪੀ ਸਾਹਿਬ ਨਾਲ ਗੱਲ ਹੋਈ ਸੀ ਜਦੋਂ, ਇਸ ਤੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਤਾਂ ਤੁਸੀਂ ਕੋਜ਼ਸ ਅਸਰਟਨ ਕਰੋ ਕਿ ਇਸ ਦੇਰ, ਕਿਉਂਕਿ ਇਹ ਵੀ ਐਪਰੀਹੈਂਸ਼ਨ ਲੋਕਾਂ ਦੇ ਮਨ 'ਚ ਸੀਗੀ ਕਿ ਫਾਊਲ ਪਲੇ ਤਾਂ ਨਹੀਂ ਹੈ। ਠੀਕ ਹੈ, ਜੇ ਕੋਈ ਫਾਊਲ ਪਲੇ ਹੈ ਸੋ ਸਾਨੂੰ ਉਸ ਨੂੰ ਪੂਰਾ ਅਨਮਾਸਕ ਕਰਕੇ, ਜੇ ਕਿਸੇ ਦਾ ਇਸ ਦੇ ਵਿੱਚ ਹੱਥ ਹੈ ਉਸ ਨੂੰ ਉਹਦੇ ਪਿੱਛੇ ਜਾਣਾ ਚਾਹੀਦਾ। ਜੇ ਇਨਕੇਸ ਫਾਊਲ ਪਲੇ ਨਹੀਂ ਹੈ, ਅਸੀਂ ਵੈਸੇ ਵੀ ਸਾਨੂੰ ਕਰੈਕਟਿਵ, ਕਿਉਂਕਿ ਸਾਡੀ ਕਾਫੀ ਫੋਰਸ ਜਿਹੜੀ ਅਰਲੀ 90s ਦੀ ਰਿਕਰੂਟਡ ਹੈਗੀ, ਹੁਣ ਉਹਨਾਂ ਦੀ 50+ ਏਜ ਹੋ ਗਈ ਹੈ, ਸੋ ਸਟ੍ਰੈਸ ਆਫ ਵਰਕ, ਡਿਪਰੈਸ਼ਨ, ਕਈ ਚੀਜ਼ਾਂ ਹੈਗੀ, ਅਤੇ ਅਸੀਂ ਇੱਕ ਓਵਰਆਲ ਜਿਹੜਾ ਫੋਰਸ ਦਾ ਐਨੂਅਲ ਮੈਡੀਕਲ ਅਸੀਂ ਕਰਾਉਂਦੇ ਹਾਂ, ਇਹਨਾਂ ਦੀ ਫਾਰੂਕੀ ਸਾਹਿਬ ਨੇ ਸ਼ੁਰੂ ਕੀਤਾ ਇੱਕ ਹੈਲਥ ਇੰਸ਼ੋਰੈਂਸ ਦਾ ਬੜਾ ਅੱਛਾ ਸਿਸਟਮ। ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਐਪ੍ਰੀਹੈਂਸ਼ਨ ਕੀਤੀ ਕਿ ਹੀ ਹੈਜ਼ ਸਿਕਿਉਰਿਟੀ ਥ੍ਰੈਟਸ, ਉਹਨਾਂ ਦੀ ਡਾਟਰ ਨੂੰ ਵੀ ਅਬਡਕਸ਼ਨ ਦੀ ਥ੍ਰੈਟ ਆ ਰਹੀ ਹੈ, ਸੋ ਸਿਕਿਉਰਿਟੀ ਬੀਂਗ ਪ੍ਰੋਵਾਈਡਡ ਟੂ ਹਿਮ। ਇਨਫੈਕਟ ਵੀ ਹੋਲਡ ਅਕਾਲ ਤਖ਼ਤ ਸਾਹਿਬ ਜੀ ਇਨ ਵੈਰੀ ਹਾਈ ਐਸਟੀਮ। ਮੈਂ ਪਿੱਛੇ ਇੱਕ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਸੀ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਜੇ ਉਹਨਾਂ ਦਾ ਸਾਡੇ ਕੋਲ ਕੰਪਲੇਂਟ ਆਊਗੀ, ਕੋਈ ਰਿਕਾਰਡਿੰਗ ਆਊਗੀ, ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਸੋ ਅਸੀਂ ਉਹਨਾਂ ਦੀ ਸਿਕਿਉਰਟੀ ਦਾ ਵੀ ਧਿਆਨ ਰੱਖ ਰਹੇ ਹਾਂ, ਅਸੀਂ ਸਿਕਿਉਰਟੀ ਰਿਵਿਊ ਕੰਡਕਟ ਕੀਤਾ ਹੈ, ਸੋ ਹੀ ਹੈਜ਼ ਬੀਨ ਪ੍ਰੋਵਾਈਡਡ ਵਿਦ ਸਫੀਸ਼ੀਐਂਟ ਸਿਕਿਉਰਟੀ। ਸਰ ਇੱਕ ਇੰਸੀਡੈਂਟ ਹੋਏਗਾ, ਤੁਹਾਨੂੰ ਯਾਦ ਹੈ ਆਦਮਪੁਰ ਦਾ, ਕਿ ਦੋ ਤੁਹਾਡੇ ASI ਨੇ ਸੁਸਾਈਡ ਕਰ ਲਿਆ ਸੀ, ਉਹਨਾਂ ਕੋਲੋਂ ਇੱਕ ਨਾਬਾਲਿਗ ਭੱਜ ਗਿਆ ਸੀ ਕਸਟਡੀ ਤੋਂ। ਇਟਸ ਅ ਵੈਰੀ ਸੀਰੀਅਸ ਇਸ਼ੂ, ਆਈ ਹੈਵ ਸੀਨ ਫਸਟ ਟਾਈਮ ਇਨ ਮਾਈ ਲਾਈਫ ਕਿ ਕਸਟਡੀ ਤੋਂ ਭੱਜ ਗਿਆ ਤਾਂ ਤੁਹਾਡੇ ਆਫੀਸਰ ਸੁਸਾਈਡ ਕਰ ਗਏ। ਇਟ ਇਜ਼ ਅ ਮੈਟਰ ਆਫ ਡਿਪਰੈਸ਼ਨ ਐਂਡ ਟੈਂਸ਼ਨ ਜੀ। ਨਹੀਂ, ਮੈਂ ਤਾਂ ਮੇਰੀ ਸੀਪੀ ਸਾਹਿਬ ਨਾਲ ਗੱਲ ਹੋਈ ਸੀ ਜਦੋਂ, ਇਸ ਤੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਤਾਂ ਤੁਸੀਂ ਕੋਜ਼ਸ ਅਸਰਟਨ ਕਰੋ ਕਿ ਇਸ ਦੇਰ, ਕਿਉਂਕਿ ਇਹ ਵੀ ਐਪ੍ਰੀਹੈਂਸ਼ਨ ਲੋਕਾਂ ਦੇ ਮਨ 'ਚ ਸੀਗੀ ਕਿ ਫਾਊਲ ਪਲੇ ਤਾਂ ਨਹੀਂ ਹੈ। ਠੀਕ ਹੈ, ਜੇ ਕੋਈ ਫਾਊਲ ਪਲੇ ਹੈ ਸੋ ਸਾਨੂੰ ਉਸ ਨੂੰ ਪੂਰਾ ਅਨਮਾਸਕ ਕਰਕੇ, ਜੇ ਕਿਸੇ ਦਾ ਇਸ ਦੇ ਵਿੱਚ ਹੱਥ ਹੈ ਉਸ ਨੂੰ ਉਹਦੇ ਪਿੱਛੇ ਜਾਣਾ ਚਾਹੀਦਾ। ਜੇ ਇਨਕੇਸ ਫਾਊਲ ਪਲੇ ਨਹੀਂ ਹੈ, ਅਸੀਂ ਵੈਸੇ ਵੀ ਸਾਨੂੰ ਕਰੈਕਟਿਵ, ਕਿਉਂਕਿ ਸਾਡੀ ਕਾਫੀ ਫੋਰਸ ਜਿਹੜੀ ਅਰਲੀ 90s ਦੀ ਰਿਕਰੂਟਡ ਹੈਗੀ, ਹੁਣ ਉਹਨਾਂ ਦੀ 50+ ਏਜ ਹੋ ਗਈ ਹੈ, ਸੋ ਸਟ੍ਰੈਸ ਆਫ ਵਰਕ, ਡਿਪਰੈਸ਼ਨ, ਕਈ ਚੀਜ਼ਾਂ ਹੈਗੀ, ਅਤੇ ਅਸੀਂ ਇੱਕ ਓਵਰਆਲ ਜਿਹੜਾ ਫੋਰਸ ਦਾ ਐਨੂਅਲ ਮੈਡੀਕਲ ਅਸੀਂ ਕਰਾਉਂਦੇ ਹਾਂ, ਇਹਨਾਂ ਦੀ ਫਾਰੂਕੀ ਸਾਹਿਬ ਨੇ ਸ਼ੁਰੂ ਕੀਤਾ ਇੱਕ ਹੈਲਥ ਇੰਸ਼ੋਰੈਂਸ ਦਾ ਬੜਾ ਅੱਛਾ ਸਿਸਟਮ। ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਐਪ੍ਰੀਹੈਂਸ਼ਨ ਕੀਤੀ ਕਿ ਹੀ ਹੈਜ਼ ਸਿਕਿਉਰਿਟੀ ਥ੍ਰੈਟਸ, ਉਹਨਾਂ ਦੀ ਡਾਟਰ ਨੂੰ ਵੀ ਅਬਡਕਸ਼ਨ ਦੀ ਥ੍ਰੈਟ ਆ ਰਹੀ ਹੈ, ਸੋ ਸਿਕਿਉਰਿਟੀ ਬੀਂਗ ਪ੍ਰੋਵਾਈਡਡ ਟੂ ਹਿਮ। ਇਨਫੈਕਟ ਵੀ ਹੋਲਡ ਅਕਾਲ ਤਖ਼ਤ ਸਾਹਿਬ ਜੀ ਇਨ ਵੈਰੀ ਹਾਈ ਐਸਟੀਮ। ਮੈਂ ਪਿੱਛੇ ਇੱਕ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਸੀ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਜੇ ਉਹਨਾਂ ਦਾ ਸਾਡੇ ਕੋਲ ਕੰਪਲੇਂਟ ਆਊਗੀ, ਕੋਈ ਰਿਕਾਰਡਿੰਗ ਆਊਗੀ, ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਸੋ ਅਸੀਂ ਉਹਨਾਂ ਦੀ ਸਿਕਿਉਰਟੀ ਦਾ ਵੀ ਧਿਆਨ ਰੱਖ ਰਹੇ ਹਾਂ, ਅਸੀਂ ਸਿਕਿਉਰਟੀ ਰਿਵਿਊ ਕੰਡਕਟ ਕੀਤਾ ਹੈ, ਸੋ ਹੀ ਹੈਜ਼ ਬੀਨ ਪ੍ਰੋਵਾਈਡਡ ਵਿਦ ਸਫੀਸ਼ੀਐਂਟ ਸਿਕਿਉਰਟੀ। ਸਰ ਇੱਕ ਇੰਸੀਡੈਂਟ ਹੋਏਗਾ, ਤੁਹਾਨੂੰ ਯਾਦ ਹੈ ਆਦਮਪੁਰ ਦਾ, ਕਿ ਦੋ ਤੁਹਾਡੇ ASI ਨੇ ਸੁਸਾਈਡ ਕਰ ਲਿਆ ਸੀ, ਉਹਨਾਂ ਕੋਲੋਂ ਇੱਕ ਨਾਬਾਲਿਗ ਭੱਜ ਗਿਆ ਸੀ ਕਸਟਡੀ ਤੋਂ। ਇਟਸ ਅ ਵੈਰੀ ਸੀਰੀਅਸ ਇਸ਼ੂ, ਆਈ ਹੈਵ ਸੀਨ ਫਸਟ ਟਾਈਮ ਇਨ ਮਾਈ ਲਾਈਫ ਕਿ ਕਸਟਡੀ ਤੋਂ ਭੱਜ ਗਿਆ ਤਾਂ ਤੁਹਾਡੇ ਆਫੀਸਰ ਸੁਸਾਈਡ ਕਰ ਗਏ। ਇਟ ਇਜ਼ ਅ ਮੈਟਰ ਆਫ ਡਿਪਰੈਸ਼ਨ ਐਂਡ ਟੈਂਸ਼ਨ ਜੀ। ਨਹੀਂ, ਮੈਂ ਤਾਂ ਮੇਰੀ ਸੀਪੀ ਸਾਹਿਬ ਨਾਲ ਗੱਲ ਹੋਈ ਸੀ ਜਦੋਂ, ਇਸ ਤੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਤਾਂ ਤੁਸੀਂ ਕੋਜ਼ਸ ਅਸਰਟਨ ਕਰੋ ਕਿ ਇਸ ਦੇਰ, ਕਿਉਂਕਿ ਇਹ ਵੀ ਐਪ੍ਰੀਹੈਂਸ਼ਨ ਲੋਕਾਂ ਦੇ ਮਨ 'ਚ ਸੀਗੀ ਕਿ ਫਾਊਲ ਪਲੇ ਤਾਂ ਨਹੀਂ ਹੈ। ਠੀਕ ਹੈ, ਜੇ ਕੋਈ ਫਾਊਲ ਪਲੇ ਹੈ ਸੋ ਸਾਨੂੰ ਉਸ ਨੂੰ ਪੂਰਾ ਅਨਮਾਸਕ ਕਰਕੇ, ਜੇ ਕਿਸੇ ਦਾ ਇਸ ਦੇ ਵਿੱਚ ਹੱਥ ਹੈ ਉਸ ਨੂੰ ਉਹਦੇ ਪਿੱਛੇ ਜਾਣਾ ਚਾਹੀਦਾ। ਜੇ ਇਨਕੇਸ ਫਾਊਲ ਪਲੇ ਨਹੀਂ ਹੈ, ਅਸੀਂ ਵੈਸੇ ਵੀ ਸਾਨੂੰ ਕਰੈਕਟਿਵ, ਕਿਉਂਕਿ ਸਾਡੀ ਕਾਫੀ ਫੋਰਸ ਜਿਹੜੀ ਅਰਲੀ 90s ਦੀ ਰਿਕਰੂਟਡ ਹੈਗੀ, ਹੁਣ ਉਹਨਾਂ ਦੀ 50+ ਏਜ ਹੋ ਗਈ ਹੈ, ਸੋ ਸਟ੍ਰੈਸ ਆਫ ਵਰਕ, ਡਿਪਰੈਸ਼ਨ, ਕਈ ਚੀਜ਼ਾਂ ਹੈਗੀ, ਅਤੇ ਅਸੀਂ ਇੱਕ ਓਵਰਆਲ ਜਿਹੜਾ ਫੋਰਸ ਦਾ ਐਨੂਅਲ ਮੈਡੀਕਲ ਅਸੀਂ ਕਰਾਉਂਦੇ ਹਾਂ, ਇਹਨਾਂ ਦੀ ਫਾਰੂਕੀ ਸਾਹਿਬ ਨੇ ਸ਼ੁਰੂ ਕੀਤਾ ਇੱਕ ਹੈਲਥ ਇੰਸ਼ੋਰੈਂਸ ਦਾ ਬੜਾ ਅੱਛਾ ਸਿਸਟਮ।